ਜਨਾਬ ਪਤਲੂ ਸਾਹਿਬ, ਜੀ ਭਾਜੀ ਜੀ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਮੈਚ ਮੈਨੂੰ 10 ਕ੍ਰਿਕਟ ਦਾ ਕਰ ਲਿਆ ਨਾਲ। ਇਹਨਾਂ ਦੀ ਤੁਹਾਨੂੰ ਆਵਾਜ਼ ਆ ਰਹੀ ਹੈ? ਨਹੀਂ ਮੁਝੇ ਨਹੀਂ ਆ ਰਹੀ ਪਾਜੀ, ਕੱਟ ਕੇ ਦੁਬਾਰਾ। ਨਾ 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 ਮੈਂ ਨਹੀਂ ਆਉਣਾ, ਨਾ 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 ਨਾ। ਇਹ ਪਹਿਲਾ ਜੋਗੀ ਏ ਜਿਹੜਾ ਜੋ ਸੱਪ ਮੈਚ ਫੜ ਕੇ ਆਪ ਮੁਕਲਿਆ, ਜੋ ਮਸਤ ਮੈਚ ਹੋ ਦੌਰਾਨ ਜਾਂਦਾ। ਇਹਨੂੰ 10 ਕ੍ਰਿਕਟ ਦਾ ਕਰਾਂਗਾ ਮੈਂ। ਹਾਂਜੀ, ਇਹਨੂੰ ਵੇਚ ਦੇ ਫੜ ਕੇ ਅਗਲੇ ਸਾਲ ਬੇਹੋਸ਼ ਹੋ ਜਾਣਾ ਸੀ। ਉਹ ਮੈਨੂੰ ਆਵਾਜ਼ ਨਹੀਂ ਜੋ ਆ ਰਹੀ, ਆਪਕੀ ਮੈਨੂੰ ਬਾਤੋਂ ਆਵਾਜ਼ ਕਾ ਜਵਾਬ ਨਹੀਂ ਆ ਰਹੀ, ਮੈਨੂੰ ਬਿਲਕੁਲ ਆਵਾਜ਼ ਨਹੀਂ ਆ ਇਹ ਹੀ ਰਹੀ, ਤੇਰੀ ਮੈਨੂੰ ਪਰੇਸ਼ਾਨੀ ਆਵਾਜ਼ ਚਟਨ ਚਟਈਆ ਨੱਥੀ। ਨਾ ਨਾ ਚਟਪਨ ਚੌੜ ਚਪਨ ਜਟਪਨ ਤੁਮ ਤੜਾ ਓਈ ਓਈ, ਉਹਨੂੰ ਜ਼ਰਾ ਉਹਦਾ ਮੁਖਫਫ ਛੋਟਾ ਕੀਤਾ ਹੈ। ਹਾਂਜੀ, ਚਟਪਨ ਚੌੜ ਚਪਨ ਜਟਪਨ ਤੁਮ ਉਹਨੂੰ ਤੜਾ, ਨਾ ਦੂਸਰਾ ਛੇੜ ਦਿੱਤਣ ਉਸ ਬੈਤਲ ਆ ਕੇ ਦਿੱਤਾ, ਉਹ ਜੋ ਉਹਦੇ ਕੋਲ ਸ਼ੈ ਉਸ ਵੇਚਣੀ ਹੈ ਜੀ। ਆਪ ਲੋਗ ਲੁੱਡੋ ਕੀ ਬਾਤਾਂ ਕਰ ਰਹੇ ਹੋ ਤਬ ਸੇ? ਜੀ ਲੁੱਡੋ, ਲੁੱਡੋ ਮੈਂ ਵੀ ਤਾਂ ਸਾਂਪ ਦਿੱਤਾ ਹੈ। ਦੱਸੋ ਲੁੱਡੋ ਕੀ ਨਹੀਂ ਲੁੱਡੋ, ਇਹ ਲੁੱਡੋ ਵਾਲੇ ਸਭ ਨਹੀਂ, ਇਹ ਲੁੱਟੋ ਵਾਲੇ ਸਭ ਨਹੀਂ। ਆਪ ਸੋ ਜਾਏ, ਆਪ ਸੋ ਜਾਏ, ਆਪ ਸਮਝੇ, ਸਕਰੀਨ ਮੇ ਆਈ ਨਹੀਂ। ਤੁਸੀਂ ਜਦੋਂ ਜਾਗੋਗੇ ਤੁਹਾਨੂੰ ਆਪ ਆਰਾਮ ਦਾ ਸਭ ਤੁਹਾਨੂੰ ਮਿਲ ਜਾਏ, ਆਪ ਆਰਾਮ ਕਰੇ ਕੁਰਸੀ ਕੇ ਉੱਪਰ, ਐਸੇ ਇੰਜੋਏ ਕਰੇ, ਦਤੀਨੀ ਗੋਲ ਨਾ ਲੇਟ ਜਾਏ। ਚਲੋ ਆਵਾਜ਼ ਬਾਅਦ ਜਾ ਜਾਏਗੀ, ਕੀ ਫਰੇਮ ਖੁੱਲੇ ਆ, ਆਵਾਜ਼ ਆ ਜਾਏਗੀ ਜਦੋਂ ਲਿੱਤਰ ਪੈਣਗੇ ਨਾ, ਆਪੇ ਆਵਾਜ਼ ਆਏਗੀ ਲਿੱਤਰਾਂ ਦੀ। ਅੱਛਾ ਮੈਂ ਤੇਰੇ ਕਿਆ, ਬਹੁਤ ਅੱਛੀ, ਕਿਆ ਮੇਰੀ ਟੀਮ ਬਣਾਈ ਏ, ਸੁਭਾਨ ਅੱਲਾ, ਸ਼ੁਕਰ ਕਰੋ ਟੀਮ ਬਣ ਗਈ ਜੇ, ਸੋਸ਼ਲ ਟੀਮ ਬਣ ਗਈ, ਸੋਸ਼ਲ ਟੀਮ। ਉਹ ਸਰ ਸਟੇਡੀਅਮ ਤੁਸੀਂ ਆ ਗਏ, ਉਸ ਤੋਂ ਵੱਡੀ ਕਿਹੜੀ ਗੱਲ। ਆ ਰਹੀ ਤਾਂ ਮੈਂ ਮਟਰ ਕੱਢੀਏ ਬਹਿ ਕੇ ਰਹੀ ਇਹ ਰਿਮ ਦੇ ਰਿਮ ਖਰਾਬ ਤਾਂ ਨਹੀਂ? ਬੱਲੇ 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 ਯਾਰ, ਮੈਨੂੰ ਆਵਾਜ਼ ਕਿਉਂ ਨਹੀਂ ਆ ਰਹੀ? ਇਹਦੇ ਰਿਮ ਪਹਿਲਾਂ ਖਰਾਬ ਸਨ, ਥੋੜੇ ਜਿਹੇ ਠੀਕ ਕੀਤੇ ਨੇ, ਕਿਦਾਂ ਕ੍ਰਿਕਟ ਦਾ, ਚਲੋ ਬਿਹਤਰੀਨ। ਅਗੋਂ ਨਹੀਂ ਹੁੰਦੇ ਖਰਾਬ ਹੋਣ, ਅਗੋਂ ਖਰਾਬ ਹੋਏ ਤਾਂ ਰਿਮ ਵੱਢ ਦਿਆਂਗੇ ਜੀ। ਨਹੀਂ ਨਹੀਂ ਰੋਡ ਤੇ ਫਿਰ ਪਾਓ ਸਰ ਇਹਨੂੰ, ਚਲੋ ਮੈਨੂੰ ਮਿਊਟ ਕਰ ਦਿੱਤਾ, ਰੋਡ ਤੇ ਯਾਰ ਪਾਨੇ ਆ ਜੀ, ਆਪ ਨੂੰ ਮਿਊਟ ਕਰਤਾ, ਕੀ ਕੀਤਾ ਉਹ? ਇਹਦੀ ਜਾਨ ਛੱਡਾ, ਉਹ ਇਹਦੇ ਕੋਲ ਸੱਪ ਖੋਲ, ਉਹ ਇਹਦੀ ਮਿਹਰਬਾਨੀ, ਇਹਦੇ ਕੋਲ ਸੱਪ ਕਿਸੇ ਕੋਲ, ਥੈਂਕ ਯੂ ਵੈਰੀ ਮੱਚ ਯਾਰ, ਇਹਦੀ ਜਾਨ ਛਡਾਓ ਭਾਈ ਜਾਨ। ਅੱਛਾ ਮੈਨੂੰ ਉਧਰ ਨਾ ਇਹ ਜਾਦੂ ਲੈ ਕੇ ਸੱਪ ਨਹੀਂ ਰੱਖਿਆ ਇਹਨੇ, ਮੰਗਣ ਅਸਰ ਕੇ ਥੱਲੇ ਜੀਤੂ ਸਾਹਿਬ ਦੀ ਆਵਾਜ਼ ਆ ਰਹੀ, ਨਾ ਸਾਡੀ ਆਵਾਜ਼, ਮੇਰੀ ਸਾਡੀ ਆਵਾਜ਼ ਬੈਠੀ ਉਹਦੀ ਆ ਰਹੀ 5000 ਤੋਂ ਉੱਤੇ ਅੱਲਾ ਦੀ ਖੈਰ ਸੱਲਾ। ਹਾਂਜੀ, ਆਵਾਜ਼ ਤੁਹਾਨੂੰ ਆਏਗੀ ਜਦੋਂ ਇੱਥੋਂ ਲਿੱਤਰਾਂ ਦੀ ਰੋਲ ਆਈ ਨਾ, ਆਵਾਜ਼ ਚੀਕਾਂ ਬਹਿ ਗਿਆ, ਪਰਲੇ ਪਰ ਪਿੰਡ ਤੱਕ ਜਾਣ ਗਈਆਂ, ਪਰਲੇ ਅੰਦਰ ਲਾਉਣ ਬਣ ਰਹੀ ਗਰਮੀਆਂ ਦੀ ਨਵੀਂ, ਐਸੇ ਨੰਬਰ ਚੱਲਦਾ ਜਿਵੇਂ ਮੀਟਰ ਖਰਾਬ ਹੋ ਜਾਂਦਾ। ਠੀਕ ਹੈ ਜੀ, ਜੀ ਇਹ ਬਸ ਵਾਰ ਬਟਨ ਵਾਲੇ ਆ ਲਾੜਿਆ। ਚਲੋ ਗਾਇਸ, 10 ਕ੍ਰਿਕਟ ਦਾ ਆਖਰ ਨੂੰ ਕਿਹੜੇ ਦਿਨ ਠਾ ਕਰੋ, ਫਿਰ ਮੂੰ ਮੇਰੇ ਟਿਕਟੌਕ ਦੀ ਐਸਲੇ ਸੌਫਟਵੇਅਰ ਦਾ ਦੀ ਆਵਾਜ਼ ਵੀ ਨਹੀਂ ਆ, ਆਪਣੇ ਮੋਬਾਈਲ ਨੂੰ ਸਾਰੇ ਟਿਕਟੌਕ ਤੇ ਪਾ ਦਿੱਤਾ ਸੋ। ਸ਼ਾਕਾ ਬਾਦ ਸ਼ਾਕਾ, ਪੜਿਆ ਲਿਖਿਆ ਲੱਗ ਹੋਏ ਯਾਰ, ਮੈਂ ਸਾਹਿਬ ਸਾਨੂੰ ਵੀ ਦੱਸ ਨਾ ਕੋਈ ਗੱਲ, ਇਤਨਾ ਮੇਰਾ ਔਖਾ ਲੇਕਿਨ ਗੱਲ ਬੜੀ ਏ, ਇਹ ਵਾਦ ਜੋਗੀ ਜਿਹੜਾ ਸੱਪ ਨਹੀਂ ਸੱਪ ਨਹੀਂ ਲੈ ਕੇ, ਆਹੋ ਜ਼ਿਨਫਰ ਮੇਰਾ ਬੱਬਰ ਸ਼ੇਰ ਹੈ। ਅੱਛਾ ਜੀ, ਇਹਨੂੰ ਵੇਚ ਦੇ ਫੜ ਕੇ ਅਗਲੇ ਸਾਲ ਬੇਹੋਸ਼ ਹੋ ਜਾਣਾ ਸੀ। ਉਹ ਮੈਨੂੰ ਆਵਾਜ਼ ਨਹੀਂ ਜੋ ਆ ਰਹੀ, ਮੈਂ ਰੀਮ
ਅਪਡੇਟ ਕਰਕੇ ਤੇ ਪਰਾਂ ਨਿਕਲਣ ਵਾਲੀ ਗੱਲ ਕਰੀ ਖੁਦਾ ਲੱਗ ਗਿਆ ਹਾਂਜੀ ਇਹ ਨਿਗੜਦਾ ਪਰਾਂ ਬਿਸਤਰੇ ਅੱਜ ਕਬਰਸਤਾਨ ਲਗਾ ਜਾਵੇ ਕਿਸੇ ਪਾਸੇ ਪਰਾਂ ਹੀ Okay, my everyone guys. ਅਗਾ ਕੁਆਟਲ ਪਰਾਂ ਪਾੜੀਆਂ ਟੱਪਦਾ ਪਰਾਂ ਨੂੰ ਇਹ ਪਹਿਲਾ ਜੋਗੀ ਏ ਜਿਹੜਾ ਸਭ ਫੜ ਕੇ ਆਪ ਮਸਤ ਹੋ ਜਾਂਦਾ ਨਹੀਂ ਨਾ ਦਾਦਰ ਦਾ ਕਰਾਂਗਾ ਮੈਂ ਹਾਂਜੀ ਯੋ ਜੋਗੀ ਇਹਦਾ ਜਿਹੜਾ ਅਸਲਾਮ ਵਾਲਕ ਆਪਣਾ ਸੱਪ ਵੇਖ ਕੇ ਐਵਰੀਵਨ ਗਾਇਸ ਬਹੁਤ ਸ਼ੁਕਰੀਆ ਦੋਸਤੋ ਪਾਕਿਸਤਾਨ ਦਾ ਹੈ ਆਪਕਾ ਟ੍ਰਿਪ ਕੈਸਾ ਰਹਾ ਪਾਕਿਸਤਾਨ ਕਾ ਟ੍ਰਿਪ ਮੈਂ ਤਾਂ ਪਾਕਿਸਤਾਨ ਆਇਆ ਹੀ ਨਹੀਂ ਥਾ ਨਿਕਲਣ ਵਾਲੀ ਗੱਲ ਕਰੀਏ ਆਪਣਾ ਮੁਹਤਰਮ ਜਨਾਬ ਅੰਸਰ ਭਾਜੀ ਜੀ ਜੀ ਲੈ ਅੰਸਰ ਭਾਜੀ ਮਰੇ ਮੁੰਡਾ ਛੁਡਵਾਉਣ ਆਇਆ ਥਾਣੇ ਅੰਸਰ ਭਾਜੀ ਬੈਗ ਜਾਓ ਫਿਰ ਸਲਾਮ ਕਹਿਤਾ ਯਾਰ ਮਿਸਟਰ ਯਾਰ ਸਾਰਿਆਂ ਦਾ ਸਲਾਮ ਕਹਿ ਦਿੱਤਾ ਲੀਡਰ ਨੂੰ ਲੀਡਰ ਨੇ ਵਾਲੇਕਮ ਸਲਾਮ ਦਿੱਤਾ ਮੈਂ ਯਾਰ ਇੱਕ ਮਿੰਟ ਬੈਗ ਜਾਣਾ ਵਾ ਫਿਰ ਵਾਪਸ ਤੁਸੀਂ ਬਿਲਕੁਲ ਬੈਗ ਚਲੇ ਜਾਓ ਜਿੱਥੋਂ ਆਏ ਹੋ ਹਾਂਜੀ ਜਿੱਥੋਂ ਆਏ ਹੋ ਉਧਰ ਨਿਕਲਣ ਵਾਲੀ ਗੱਲ ਕਰੀ ਦੀ ਪਰਾਂ ਨੂੰ ਆਹੋ ਨਹੀਂ ਉਹ ਜਬ ਉਨਕਾ ਮੈਚ ਲਗਾ ਥਾ ਨਾ ਤਬ ਉਹ ਅਗਰ ਕੱਟ ਕਰਕੇ ਦੁਬਾਰਾ ਸੇ ਲਗਾਤੇ ਨਾ ਮੈਚ ਫਿਰ ਹੋ ਜਾਤਾ ਠੀਕ ਉਹ ਗਲਿਚ ਹੈ ਇਹ ਟਿਕਟੌਕ ਕਾ ਉਸਮੇ ਆਵਾਜ਼ ਨਹੀਂ ਆਤੀ ਬਿਲਕੁਲ ਵੀ ਕਿਆ ਹੋਇਆ ਪਤਲੋ ਆਪਕੋ ਪੈਨਾਡੋਲ ਖਾਣੀ ਹੈ ਨਹੀਂ ਨਹੀਂ ਉਹ ਪਰਾਂ ਕਿਸੇ ਨੂੰ ਬੰਦੇ ਨੇ ਨਹੀਂ ਮਾਰ ਕੇ ਪੈਨਾਡੋਲ ਪੈਨਾਡੋਲ ਦਵਾਈ ਹੈ ਕਿਸੇ ਹੋਰ ਚੀਜ਼ ਦਾ ਨਾਮ ਨਹੀਂ ਰੱਖਾ ਵਾ ਆਪਨੇ ਪੈਨਾਡੋਲ ਮੈਂ ਦੱਸਣਾ ਜੀ ਤੁਸੀਂ ਪਰੇਸ਼ਾਨ ਕਰੋ ਹਾਂ ਪਹਿਲਾਂ ਮੈਂ ਪੈਨਾਡੋਲ ਮੇਰਾ ਪਾਰਟਨਰ ਚਲਾ ਗਿਆ ਪਤਲੂ ਪਾਰਟਨਰ ਬੁਲਾ ਲੈਨੇ ਆ ਦੁਬਾਰਾ ਬੁਲਾ ਲੈ ਪਾਰਟਨਰ ਕਿਤੇ ਕਬਰਸਤਾਨ ਡਰ ਗਿਆ ਚਲੋ ਰਫਾਨ ਜੀ ਚੱਲਾ ਫਿਰ ਵਾਈ ਯੂ ਨੋ ਸੈਂਡ ਸ਼ੇਅਰ ਲਾਇਨ ਹਾਂ ਆ ਰਹੇ ਮੈਂ ਜੀ ਸ਼ੋਰ ਰਿਹਾ ਹੈ ਚਲੋ ਬੋਲੀਆਂ ਹੈਲੋ ਮੈਂ ਆਇਆ ਬਸ ਬਾਹਰ ਸ਼ੁਕਰ ਰੱਖੋ ਸੁੱਤੇ ਦੁੱਧ ਆ ਰਿਹਾ ਆ ਰਹੀ ਏ ਜੋਗੀ ਬਾਬਾ ਜੀ ਦੁੱਧ ਆ ਰਹੀ ਏ ਪਹਿਲਾ ਮੈਚ ਮੈਂ ਗੂੰਗਿਆ ਨੂੰ ਖੇਡਿਆ ਯਾਰ ਕੋਈ ਐਸੀ ਗੱਲ ਨਹੀਂ ਮੈਨੇ ਤਾਂ ਕਹਾ ਤੇ ਇਸ਼ਾਰੋਂ ਮੈਂ ਸਭ ਸਮਝਾ ਦਿੱਤੇ ਆਪਕੋ ਲੇਕਿਨ ਆਪਕੋ ਸਮਝ ਹੀ ਨਹੀਂ ਆਈ ਹੈਲੋ ਇਸ਼ਾਰਾ ਮੈਨੂੰ ਕਿਵੇਂ ਸਮਝ ਆਏਗਾ ਜਨਾਬ ਪਤਲੂ ਸਾਹਿਬ ਭਾਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਮੈਚ ਮੈਨੂੰ ਦਾ ਕ੍ਰਿਕਟ ਦਾ ਕਰ ਲਿਆ ਨਾਲ ਇਹਨਾਂ ਦੀ ਤੁਹਾਨੂੰ ਆਵਾਜ਼ ਆ ਰਹੀ ਏ ਨਹੀਂ ਮੈਨੂੰ ਨਹੀਂ ਆ ਰਹੀ ਇਹਨਾਂ ਦੇ ਮੇਰੇ ਖਿਆਲ ਨਾਲ ਉਹ ਨਾ ਇਹਨਾਂ ਨੇ ਉਹ ਦੁਬਾਰਾ ਇਹਨੂੰ ਦਬਾਉਣਾ ਉਸਤਾਦ ਜੀ ਮੈਨੂੰ ਤੇ ਹੁਣ ਸਕਰੀਨ ਵੀ ਨਜ਼ਰ ਨਹੀਂ ਆ ਰਹੀ ਕਾਲੀ ਸਕਰੀਨ ਹੈ ਮੈਨੂੰ ਉਹ ਨਜ਼ਰ ਆ ਰਹੀ ਹੈ ਲੇਕਿਨ ਮੈਨੂੰ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਪਰਛਾਵਾਂ ਆ ਰਿਹਾ ਕੋਈ ਅੱਛਾ ਮੈਨੂੰ ਗੱਲ ਤਾਂ ਰੀਮ ਅਗਰ ਜੀ ਰੀਮ ਅਗਰ ਤੈਨੂੰ ਇਹਦੀ ਆਵਾਜ਼ ਆ ਰਹੀ ਇਹਨਾਂ ਨੂੰ ਭਾਈ ਰੋਂ ਕਹਿ ਕੱਟ ਕੇ ਤੇ ਦੁਬਾਰਾ ਆਓ ਦੁਬਾਰਾ ਆਉਣਗੇ ਨਾ ਤੇ ਫਿਰ ਚਾਰਾਂ ਨੂੰ ਆ ਜਾਏਗੀ ਮੈਂ ਹਲੇ ਇੱਕ ਦੀ ਆਈ ਹੈ ਪਾਜੀ ਕੱਟ ਕੇ ਦੁਬਾਰਾ ਨਾ 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 ਮੈਂ ਨਹੀਂ ਆਉਣਾ ਆਵਾਜ਼ ਆ ਰਹੀ ਰੀਮ ਵੋ ਕਹਿ ਰਹੇ ਆਪ ਲੋਕ ਬੜਾ ਪ੍ਰੈਂਕ ਕਰ ਰਹੇ ਹੋ ਮੇਰੇ ਸਾਥ ਵੱਡੇ ਪ੍ਰੈਂਕ ਕਰੂ ਬਣੇ ਹੋ ਤੁਸੀਂ ਸਾਡੇ ਨਾਲ ਕੋਈ ਨਹੀਂ ਦਿੱਤਾ ਨਾ ਜੀ ਆਪਾਂ ਕੱਟ ਕੇ ਆ ਜਾਈਏ ਫਿਰ ਆ ਫਿਰ ਇਹ ਜ਼ਿਆਦਾ ਓਏ ਇੱਕ ਮਿੰਟ
ਅਸੀਂ ਆ ਜਾਣਾ, ਸਾਨੂੰ ਆਉਣਾ ਪੈਣਾ ਜੀ, ਸਾਨੂੰ ਉੱਧਰ ਆਉਣਾ ਪੈਣਾ, ਕਿਉਂਕਿ ਇਹਨਾਂ ਨੇ ਸਾਨੂੰ ਜਿਹੜਾ ਨਾ ਆਵਾਜ਼ ਹੀ ਨਹੀਂ ਆਉਣੀ ਤਾਂ ਫਾਇਦਾ ਕੀ ਹੈ ਲੀਡਰ ਜੀ। कहाँ से आवाजें आ रही है मुझे समझ नहीं आ रही। आवाज नहीं आ रही, आवाज नहीं आ रही, आवाज नहीं आ रही, लेकिन मुझे आ रही है। आवाज नहीं आ रही आवाज। ए जोगी दा चोला लीक है जी थलो। दित्तर हां जी, ए जोगी दा चोला लीक है। रंग बादियां जी जी आ जा बच्चा, जोगी बच्चा तो नहीं दित्ती बैठा। ए जोगी नु बात दस भी होई है जी। हद हो गई है, आवाज नहीं आ रही, आवाज नहीं आ रही। और किसी बच्चे दे खड़ाउण दे उत्ते तो नहीं बह गया काके। ਕੱਲ ਕਾਕੇ ਨਾਲ ਮੈਚ ਲਾ ਲਿਆ ਜੀ, ਇੱਧਰ ਅਸੀਂ ਮਿੱਠੇ ਆ ਭਾਈ ਜਾਨ। ਬੈੜੀਆਂ ਆਦਤਾਂ ਨੀ ਗਈਆਂ, ਬੈੜੀਆਂ ਆਦਤਾਂ। ਚਲੋ ਜੀ, ਅੱਲਾ ਤਾਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਤੇ ਬਰੋਮ ਰੱਖੇ, ਸਾਡੀ ਦੁਆ ਹੈ ਜੀ। ਖੁਸ਼ ਹੋਗੀ ਸਾਹਿਬ ਲਈ ਦੁਆ ਕਰੋ ਜੀ, ਇਹਨਾਂ ਨੇ ਸੱਪ ਲੈ ਲਿਆ ਤੇ ਖੋਡੇ ਨਾ ਕੋਲ ਕੋਈ ਨੀ ਹਲੇ, ਤੇ ਲੱਭ ਰਹੇ ਤੇ ਤੁਹਾਡੇ ਲਾ ਆਉਣਗੇ, ਤੁਸੀਂ ਜਰਾ ਲੁਕ ਜਾ ਜੇ। ਸਾਡਾ ਆਪਣਾ ਸਾਡੇ ਆਪਣੇ ਸੱਪ ਨੂੰ ਪੂਰੀ ਨਹੀਂ ਹੈ। ਹਾਂਜੀ, ਕਿਆ ਬਾਤ ਹੈ ਜੀ। ਚਲੋ ਹੁਣ ਕੀ ਕਰਨਾ ਜੇ, ਹੁਣ ਇਹ ਹੀ ਕਰਾਂਗੇ ਜੀ। ਸੱਪ ਹੁਣ ਬੁੱਢਾ ਹੋ ਗਿਆ, ਵੱਢ ਕੇ ਸੁਣ ਛੁੜੋ ਸੀ ਕਿਹੜਾ ਰੋਲਾ। ਨਾ ਨਾ, ਬਾਬਾ ਡਿਜੀਟਲ ਹੋ ਗਿਆ, ਸੱਪ ਡਰੈਗਨ ਹੋ ਗਿਆ ਹੁਣ ਤੇ। ਅੱਛਾ ਜੀ, ਚੰਗਾ ਡਰੈਗਨ ਹੈ ਜਿੰਦੀ ਆਵਾਜ਼ ਹੀ ਨਹੀਂ ਆ ਰਹੀ। ਆਹੋ, ਇਹ ਪਹਿਲਾ ਡਰੈਗਨ ਜਿਹੜਾ ਹੁਣ ਬੱਚਿਆਂ ਵਾਂਗ ਰੋਂਦਾ ਹੈ। ਇਹ ਕਾਕਾ ਹੈ ਨਾਲ ਯਾਰ, ਕਿਸੇ ਵਿੱਚ ਮਾਠਾ ਪੈ ਜਾ ਨਾ, ਮੈਂ ਕਾਕਾ ਫੜ ਲੈਣਾ ਨਾਲ। ਡਰੈਗਨ ਤਾਂ ਮੈਨੂੰ ਕਹਿੰਦਾ ਮੈਨੂੰ ਗਲੀ ਪਾਰ ਕਰਾਓ, ਮੈਨੂੰ ਕੁੱਤੇ ਪੈ ਜਾਂਦੇ। ਹਾਂਜੀ, ਵੇਖੋ ਜਰਾ ਕੀ ਦਾਦਰੀ ਗਿਰਦਾ ਹੋ ਰਿਹਾ। ਆਪ ਲਿਖ ਕੇ ਦੇ ਦੂੰਗਾ ਮੈਂ, ਇਨ ਦੋਨੋਂ ਕੀ ਵੀ ਲਿਖ ਕੇ ਦੇ ਦੂੰਗਾ, ਪੂਰਾ ਚਾਰਟ ਬਣਾ ਦੂੰਗਾ, ਆਪ ਟੈਨਸ਼ਨ ਨਾ ਲੈਣਾ। ਪੂਰਾ ਚਾਰਟ ਬਣਾ ਕੇ ਦੇਗੇ, ਪਹਿਲੇ ਚਾਰਟ ਕੋ ਸਹੀ ਚਾਰਟ ਕੇ ਪੜੇਗੇ, ਫਿਰ ਬਚਾ ਹੁਆ ਆਪਕੋ ਦੇਗੇ, ਆਪ ਚਾਰਟ ਕੋ ਪੜ ਲੈਣਾ ਜੀ। ਹਾਂਜੀ, ਇਹ ਚਾਰਟ ਮਸਾਲਾ ਡਾਲ ਕੇ ਪੜ ਲੈਣਾ ਚਾਰਟ ਕੋ। ਹਾਂਜੀ, ਇਹ ਬਾਈ ਜਾਨ ਜੋ ਹੈ ਨਾ, ਇਹ ਚਾਰਟ ਸਹੀ ਬਣਾ ਲੈਤੇ ਹਾਂ ਜੀ। ਹਾਂਜੀ, ਚਾਰਟ ਨਾ ਵੀ ਹੋ ਨਾ, ਕੋਈ ਵੀ ਵਰਕਾ ਲੈ ਕੇ ਚਾਰਟ ਬਣਾ ਲੈਤੇ ਹਾਂ, ਚਾਰਟ ਬਣਾ ਲੈਤੇ ਹਾਂ ਜੀ। ਔਰ ਕਰੀਮ ਚਾਟ। ਹਾਂਜੀ, ਕਰੀਮ ਚਾਟ ਜੀ, ਮਿੱਠੀ ਮਿੱਠੀ, ਮਾਸ਼ਾਅੱਲਾ ਗੋ ਨੇ ਏ ਚਟਨ ਚਟਈਆ ਨਥੀ ਨਾ ਨਾ ਚਟਪਨ ਚੌੜ ਚਪਨ ਜਟਪਨ ਤੁਮ ਤੜਾ ਓਏ ਓਏ, ਉਹਨੂੰ ਜ਼ਰਾ ਉਹਦਾ ਮੁਖਫਫ ਛੋਟਾ ਕੀਤਾ ਹੈ। ਹਾਂਜੀ, ਚਟਪਨ ਚੌੜ ਚਪਨ ਜਟਪਨ ਤੁਮ ਤੜਾ, ਉਹਦਾ ਛੇੜ ਦਿੱਤਣ ਉਸ ਬੈਤਲ ਆ ਕੇ ਸੀ ਨਾ, ਉਹ ਜੋ ਉਹਦੇ ਕੋਲ ਸ਼ੈ ਉਸ ਵੇਚਣੀ ਹੈ ਜੀ। ਹਾਂਜੀ, ਸਿਰਫ ਚਟਪਨ ਚੌੜ ਚਪਨ ਜੜਪਨ ਤੁਮ ਤੜਾਕ ਛੂੰ ਛੜਾਕ ਆ ਦਾਗੜ 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 ਦਿਨ ਤੱਕ ਰਹੀਆਂ ਬੋਤਲਾਂ ਕਰੀਆਂ ਬੋਤਲਾਂ ਸੁੱਚੀਆਂ ਬੋਤਲਾਂ ਕੁਲ ਸੁਣੀ ਮੈਨੂੰ ਭੂਤ ਪਾਦ ਮਿੰਤਰ ਬਚ ਸੁਣਨਾ ਰਲ ਮਿਲ ਸਵਰਾਣ ਕਰਨ ਵੀ ਚੱਲ ਜਾਂਦੇ ਪੁਨਾ ਤੁਰਕ ਤੁਰਕ ਦਿਨ ਜਾਂਦੇ ਸ਼ਾਇਣ ਤੁਰਕ ਤੁਰਕ ਦਿਨ ਜਾਂਦੇ ਸ਼ਾ ਦਾਗੜ ਕਿੜਦਾ ਦਾਗੜ ਕਿੜਦਾ ਦਾਗੜ ਕਿੜਦਾ ਆਕੜ ਦਿਨ ਤੱਕ ਆ ਬਸ ਉਹਦੀ ਤਾਂ ਮਾਰ ਖਾ ਲਈ ਉੱਥੇ ਜਾ ਕੇ ਬੋਲਿਆ ਉਹਨਾਂ ਕਿਹਾ ਸਾਡਾ ਭਲਾ ਕਰੇਗੀ। ਇਹਦੇ ਤੇ ਸਭ ਤੋਂ ਅੱਛਾ ਜਵਾਬ ਜਿਹੜਾ ਜੀ, ਅੱਲਾ ਭਲਾ ਕਰੇ ਜੀ, ਬਸ ਤੁਹਾਡੀ ਸਮਝ ਨਹੀਂ ਆਈ। ਸ਼ੁਕਰ ਕਰੋ, ਸ਼ੁਕਰ ਕਰੋ, ਸਹੀ ਨਹੀਂ ਕਹਿੰਦਾ, ਚੱਲ ਚੱਲ ਠੀਕ ਹੈ। ਐਸਾ ਲੱਗ ਰਿਹਾ ਸੀ ਰਿਕਾਰਡਿੰਗ ਤੇ ਲਗਾਇਆ ਹੋਇਆ ਇਹਨਾਂ ਨੇ। ਸ਼ੁਕਰ ਕਰੋ, ਅਸੀਂ ਇਹ ਬਣਾ ਦਿੱਤਾ ਤੁਹਾਨੂੰ ਜੀ। ਆ ਜੀ, ਇਹ ਜਿਹੜੇ ਤੁਸੀਂ
ਆ ਕਰਦੇ ਹੋ ਨਾ ਜੀ, ਇਹ ਗੁਰਮਤ ਦੀ ਆ ਨਿਕਲ ਰਹੀ ਹੈ, ਇਹ ਜਿਹੜੀ ਆ ਐਂਡ ਦੇ ਨਾ, ਇਹ ਜੋਗੀਆਂ ਦੀ ਅਕਸਰ ਨਿਕਲਦੀ ਹੁੰਦੀ ਹੈ ਜੀ, ਕਿਉਂਕਿ ਸੱਪ ਫੜ ਫੜ ਬੁੱਢੇ ਹੋ ਜਾਂਦੇ ਨੇ, ਤੁਹਾਨੂੰ ਆਖਿਆ ਤੁਸੀਂ ਆਪ ਨੀ ਠੀਕ ਕਰ ਲਓ, ਇਹ ਜਾਂ ਖਾਓ ਜੀ, ਇਹ ਤੁਹਾਡੀ ਆਹ ਜਿਹੜੀ ਇਹਦੀ ਯਾਦ ਛੋਟੀ ਕਰਾ ਲਓ, ਤੇ ਜਾਂ ਇਹਦਾ ਥੋੜਾ ਜਿਹਾ ਨੇਮ ਠੀਕ ਕਰਾ ਲਓ, ਇਹਨੂੰ ਦਾਦ ਗਿਰਦਾ ਕਰ ਲਓ, ਲੱਖ ਲਾਨਤ ਭਾਈ ਜਾਨ ਤਕਰੀਬਨ, ਉਹ ਫਿਰ ਆ ਤੂੰ ਭਾਈ ਜਿਹੜੀ ਅਗਾ ਪਿੱਛਾ ਨਹੀਂ ਹੋ ਰਹੇ, ਆ ਉਹ ਤੇ ਰਹਿਣ ਦੇ, ਦੇਖੋ ਮੇਰੀ ਗੱਲ ਸੁਣੋ, ਮੇਰੇ ਕੋਲ ਹੈ ਆ ਏ ਭਾਈ, ਅਸੀਂ ਨਹੀਂ ਵੇਖਣਾ ਜੀ, ਜਾਓ ਜੋ ਹੁੰਦਾ ਜੀ ਕਰ ਲਓ ਜੀ, ਤੁਹਾਡਾ ਪਾਲਤੂ ਸੱਪ ਹੈ ਸਾਡਾ ਸੱਪ ਬਹੁਤ ਬਦਤਮੀਜ਼, ਮੇਰੀ ਗੱਲ ਯਾਦ ਰੱਖਣੀ, ਸਾਡਾ ਸੱਪ ਲਿਆਦ ਨਹੀਂ ਕਰਦਾ ਜੀ, ਇਹ ਤੁਹਾਡੀ ਬੀਨ ਤੇ ਨਾ ਉੱਠਣਾ ਤੇ ਨਾ ਇਹ ਤੇ ਹਿੱਲਣਾ ਭਾਈ ਜਾਨ, ਤੁਸੀਂ ਬੀਨ ਮਜ਼ਾਕ ਵੇਖ ਲਓ ਜੀ ਭਾਈ ਜਾਨ, ਇਹ ਬੀਨ ਵਾਲਾ ਸੱਪ ਹੀ ਨਹੀਂ ਹੈ ਕਰੋ, ਪਹਿਲੇ ਦਿਨ ਤੋਂ ਬੀਨ ਭਾਈ ਜਾਨ, ਤੂੰ ਆਪ ਇੱਥੇ ਪਟਾਰੀ ਸਾਹਮਣੇ ਕਰ ਰਹੀ ਹੈ, ਮੈਨੂੰ ਪਤਾ, ਮੈਨੂੰ ਪਤਾ ਜਿਸ ਦਿਨ ਮੈਂ ਬੀਨ ਫੜ ਲਈ ਨਾ ਇਹਨੇ ਮਸਤ ਹੋ ਜਾਣਾ, ਤੇ ਮੈਂ ਮਸਤ ਨਹੀਂ ਇਹਨੂੰ ਕਰਨਾ, ਨਾ ਮੈਨੂੰ ਪਤਾ ਮਸਤ ਨਾਲ ਤੇਰਾ ਕੰਮ ਚੱਲਦਾ, ਮਸਤ ਨਾਲ ਨਹੀਂ ਚੱਲਦਾ ਹੈ ਨਾ, ਚੌਕਸ ਤੈਨੂੰ ਚੌਕਸ ਵੇਖਿਆ, ਮਤਲਬ ਕਿ ਅਸੀਂ ਆਪਣੇ ਕੰਮ ਲਾਏਗਾ ਆਸਤਾ ਆਸਤਾ, ਚੱਲ ਜੀ ਮਸਤ ਜੀ, ਇੱਥੇ ਇੱਥੇ ਜਰਾ ਹਾਂ, ਫਨ ਹੈ ਫਨ ਹੈ ਫਨ ਯਾਰ, ਜਿਸ ਫਨ ਨੇ ਹੈ ਦਾਦਰ ਗਿਰਦਾ ਹੈ ਪਤਲੂ ਸਾਹਿਬ ਯੂ ਨੋ, ਉਧਰ ਆਪਣਾ ਬੰਦੇ ਵੀ ਜਿਹੜੇ ਉਧਰੋਂ ਆਏ ਹੋ ਨਾ ਇਧਰ, ਤੁਹਾਨੂੰ ਗੰਦੀ ਤਸਵੀਰ ਵਿਖਾਵਾਂਗਾ ਬੈਠੇ ਨੂੰ, ਬੱਚਿਆਂ ਨੂੰ ਪਿੱਛੇ ਕਰ ਦਿਓ, ਲੈ ਘੰਟੇ ਦਾ ਤਮਾਸ਼ਾ ਇਸ ਲਾਲਚ ਚ ਹੀ ਕਰ ਦਿੰਦੇ ਵੀ ਤਸਵੀਰ ਵਿਖਾਵਾਂਗਾ, ਨਾ ਨਾ ਕਹਿੰਦਾ 10 ਫੁੱਟ ਉੱਤੇ ਜਾਏਗਾ 6 ਫੁੱਟ ਥੱਲੇ ਆਏਗਾ, ਫਿਰ ਮੰਨੇ ਜੋਗੀਆ ਤੇਰਾ ਕਮਾ ਲੋ, 2 ਘੰਟੇ ਲੋਕੀ ਇਸ ਚੱਕਰ ਚ ਖਲੋਤੇ ਨੇ, ਜੋਗੀਆ ਤੇਰੇ ਕੋਲੇ ਉੱਤੇ ਥੱਲੇ ਵੀ ਜਾਏਗਾ, ਸਾਡੇ ਕੋਲ ਹੋਰ ਸੱਪ ਹੈ, ਸਾਡੇ ਕੋਲ ਦੂਜਾ ਸੱਪ ਤੇ ਜੀ, ਤੁਹਾਡੇ ਕੋਲ ਤੁਹਾਡੇ ਕੋਲ ਸੱਪ, ਤੁਹਾਡੇ ਵਾਲੇ ਸੱਪ ਨੂੰ ਪਤਾ ਮੈਨੂੰ ਤੁਹਾਡੇ ਕੋਲ ਦੂਜਾ ਸੱਪ ਹੈਗਾ, ਤੀਜਾ ਸੱਪ ਨਹੀਂ ਹੈਗਾ ਤੁਹਾਡੇ ਕੋਲ, ਜੋਗੀ ਸਾਹਿਬ ਤੁਹਾਨੂੰ ਕਿੰਝ ਪਤਾ ਜੀ, ਮਸ਼ਹੂਰੀ ਇੰਨੀ ਬੜੀ ਹੈ ਸਾਡੇ ਸੱਪਾਂ ਦੀ, ਖਲੋ ਜਾਓ ਇੱਕ ਮਿੰਟ, ਜੋਗੀ ਸਾਹਿਬ ਇਹ ਤੁਹਾਨੂੰ ਕਿਹੜੀ ਪਤਾ ਹੈ, ਹੈਂ ਤੁਹਾਨੂੰ ਕਿਹੜੀ ਪਤਾ ਜੀ ਸਾਡੇ ਕੋਲ ਦੂਜਾ ਸੱਪ ਹੈ, ਨਹੀਂ ਮੈਨੂੰ ਪਤਾ ਨਾ ਤੁਹਾਡੇ ਕੋਲ ਪਹਿਲਾ ਸੱਪ ਤੇ ਹੈ ਨਹੀਂ, ਤੁਹਾਡੇ ਕੋਲ ਦੂਜਾ ਸੱਪ ਨਾ ਤੀਸਰਾ ਨਾ ਚੌਥਾ, ਹਾਂਜੀ ਇਹ ਤੁਹਾਨੂੰ ਕਿੱਥੋਂ ਤੱਕ ਇਹ ਕਿਵੇਂ ਪਤਾ ਲੱਗਿਆ ਜੀ, ਲਓ ਐਵੇਂ ਕਹਿੰਦੇ ਕਿ ਬਾਬੇ ਪਹੁੰਚੇ ਬਾਬੇ ਨੇ, ਅਸੀਂ ਐਵੇਂ ਕਹਿ ਦਿੱਤੇ, ਨਹੀਂ ਸਾਨੂੰ ਕੋਈ ਹਿੰਟ ਵੀ ਦਿਓ ਨਾ ਵੀ ਸਾਨੂੰ ਇੰਜ ਪਤਾ ਲੱਗਿਆ ਵੀ ਤੁਹਾਡੇ ਕੋਲ ਦੂਜਾ ਸੱਪ, ਕੋਈ ਨਿਸ਼ਾਨੀ ਦੱਸੋ, ਸਾਡੇ ਨਿਸ਼ਾਨੀ ਦੱਸੋ ਨਾ, ਯਾ ਖੁਦ ਲੰਬਾਈ ਚੜਾਈ ਕੋ ਦਾ ਸੱਪ, ਇਹ ਦੋ ਤਿੰਨ ਬੰਦਿਆਂ ਨੂੰ ਪਤਾ ਹੈ ਅਸੀਂ ਸੱਪ ਦਾ, ਦੇਖੋ ਮੇਰੀ ਗੱਲ ਸੁਣੋ, ਯਾ ਤੇ ਪਾਈ ਜਾਨੂੰ ਉਹਨਾਂ ਨਾਲ ਤੁਹਾਡਾ ਰابطਾ ਹੈ, ਗੱਲ ਸੁਣੋ ਤੁਹਾਡਾ ਸੱਪ ਫੀਤੇ ਨਾ ਮੀਟ ਨਾਪਣ ਵਾਲਾ ਨਹੀਂ, ਠੀਕ ਹੈ ਗੇਠ ਨਾਲ ਨਾਪੋਗੇ, ਨਾ ਇੱਕ ਉਂਗਲਾਂ, ਮੈਂ ਤੈਨੂੰ ਆਖਿਆ ਸੀ ਨਾ ਸਾਰੀਆਂ ਗੱਲਾਂ ਦੱਸ ਦਈਏ, ਮੈਂ ਤੈਨੂੰ ਆਖਿਆ ਸੀ ਉਹਨੂੰ ਸਾਰੇ ਹਿੰਟ ਨਾ ਦੇ, ਮੈਂ ਤੈਨੂੰ ਆਖਿਆ ਸੀ ਸਾਡੇ ਰਾਤ ਖੁੱਲ ਜਾਣੇ ਨੀ, ਨਹੀਂ ਸਰ ਕੀ ਪਏ ਕਿਸੇ ਹੋਰ ਸੱਪ ਦਾ ਜ਼ਿਕਰ ਕਰ ਰਿਹਾ ਸਰ, ਨਹੀਂ ਇਹ ਨੰਬਰਾਂ ਵਾਲਾ ਸੱਪ ਹੈ, ਮੇਰੀ ਗੱਲ ਸੁਣ ਲਓ, ਨੰਬਰਾਂ ਵਾਲਾ ਸੱਪ, ਉਹ ਚਿਤਰੀ ਵਾਲਾ ਸੱਪ ਨਹੀਂ ਵੇਖਿਆ ਤੁਸੀਂ ਬਾਬਾ ਜੀ,
आप लोग लूडो की बातें कर रहे हो तब से? जी लूडो, लूडो में भी तो सांप होता है। लूडो की नहीं, लूडो ए लूडो वाले सांप नहीं है, लूटो वाले सांप। नहीं आप सो जाए, आप सो जाए, आप समझे स्क्रीन में आई नहीं। तू जब तो जागोगे तब आप आराम से सांप तो मिलेगा। आप आराम करें कुर्सी के ऊपर, ऐसे एंजॉय करें, दतीनी खोल कर लेट जाए। ये सांप, ये सांप अपनी दतीनियां पर होगा, कि सांप अब अपने उरूज पर है इस टाइम। ये सब अब दाद किरदार किरदिनता ठा हुआ है आज पहली बार ਆਪਣੇ ਸੱਪ ਨੂੰ ਵੇਖ ਕੇ ਆਂਦਾ, ਆਪਣੇ ਲੋਕਾਂ ਦੇ ਸੱਪ ਨੂੰ ਵੇਖ ਕੇ ਆਪਣੇ ਸੱਪ ਨੂੰ ਆਖ ਰਿਹਾ ਹੁੰਦਾ, ਵੇਖ ਸੱਪ ਇੰਝ ਹੋਣਾ ਚਾਹੀਦਾ, ਤੂੰ ਨਹੀਂ ਤਾਂ ਦਿਨੋਂ ਦਿਨ ਛੋਟਾ ਹੋਈ ਜਾ। ਬੇਟਾ ਚਾਚੂ ਕੋ ਹੈਲੋ ਬੋਲੋ। ਮੈਂ ਤੈਨੂੰ ਆਖਿਆ ਸੀ ਨਾ ਇਹਨਾਂ ਦੇ ਕੋਲ ਟੋਟਲ ਚੈਨਲ ਦਾ ਮਾਲ ਹੈ, ਆਪਣੇ ਸੱਪ ਬਕਾਰ ਨੀ ਲੈਂਦੇ ਇਹੋ ਜਿਹਾ ਜੋਗੀ ਨੂੰ ਨਾ ਪ੍ਰਾਇ ਸੱਪ ਤੇ ਦਿਲ ਆ ਜਾਂਦਾ। ਚਾਚੂ ਕੋ ਹੈਲੋ ਬੋਲੋ। ਅੱਗੋਂ ਉਹ ਵੀ ਸੱਪ ਦੰਦ ਕੱਢ ਰਿਹਾ, ਤੂੰ ਕਿਸ ਕਿਸਮ ਦਾ ਜੋਗੀ? ਉਹ ਵੀ ਸੱਪ ਕਹਿ ਰਿਹਾ ਆਪ ਵੀ ਭੁੱਖਾ ਮਾਰ ਗਿਆ ਤੇ ਮਾਰ ਮੈਨੂੰ ਵੀ ਦਿੱਤਾ। ਮੈਂ ਉਹ ਰੱਖਿਆ ਜਿਹੜਾ ਖਾਂਦਾ ਪੀਂਦਾ ਹੀ ਨਹੀਂ, ਕੰਜੂਸ ਸੱਪ ਹੈ। ਕੰਜੂਸ ਹੈ ਜੀ, ਨਹੀਂ ਕੰਜੂਸ ਯਾਰ, ਕੰਜੂਸ ਨਹੀਂ ਹੋਰ ਮਸਕੀਨ, ਕੰਜੂਸ ਤੋਂ ਵੀ ਥਲੜਾ ਗ੍ਰੇਟ। ਮਾਸ਼ਾਅੱਲਾ ਜੀ, ਅੱਲਾਹ ਦੀ ਜ਼ਿੰਦਗੀ ਤੰਦਰੁਸਤੀ ਮਰੂਮ ਰੱਖੇ, ਸਾਡੀ ਦੁਆ ਹੈ ਜੀ ਜੋਗੀ ਸਾਹਿਬ। ਮੇਰੀ ਗੱਲ ਸੁਣੋ, ਤੁਸੀਂ ਜਿਹੜੀਆਂ ਅੱਖਾਂ ਬਣਵਾਈਆਂ ਨੇ ਉਹ ਸਾਨੂੰ ਪਤਾ ਹੈ। ਮੇਰੀ ਗੱਲ ਸੁਣੋ, ਤੁਹਾਡੀ ਜਿਹੜੀ ਇੱਕ ਅੱਖ ਬਣਨ ਵਾਲੀ ਹੈ ਉਹ ਵੀ ਸਾਨੂੰ ਪਤਾ ਜੀ। ਇਹਨਾਂ ਨੂੰ ਕਿਹਨੇ ਦੱਸਿਆ? ਜੋਗੀ ਸਾਹਿਬ ਖਰਾਬ ਹੋ ਜਾਣੀ ਜੇ ਉਹਦੇ ਉੱਤੋਂ ਬਰਵੱਟੇ ਬੰਨੋ ਜੀ। ਔਰ ਤੁਹਾਡੀ ਜਿਹੜੀ ਇੱਕ ਅੱਖ ਹੈ ਨਾ ਉਹ ਜ਼ਿਆਦਾ ਵੱਡੀ ਹੁੰਦੀ ਜਾ ਰਹੀ ਹੈ ਜੀ। ਉਹ ਨਹੀਂ ਮੈਂ ਗੱਲ ਕਰ ਰਿਹਾ ਜੀ ਆ। ਅੱਛਾ, ਪਹਿਲੇ ਤੇ ਡਰਾਪਸ ਨਾਲ ਕਤਰੇ ਪੈਂਦੇ ਸਨ, ਹੁਣ ਫੀਡਰ ਨਾਲ ਪੈਂਦੇ ਨੇ ਉਹਦੇ ਵਿੱਚ। ਓਹੋ ਜੋਗੀ ਸਾਹਿਬ ਇਹ ਧਿਆਨ ਰੱਖੋ, ਕੋਈ ਛੇਟ ਤੇ ਨਹੀਂ ਪਈ? ਨਹੀਂ, ਇਹ ਜਦੋਂ ਛੇਟ ਪਵੇ ਫਿਰ ਬੰਦੇ ਜੋਗੀ ਬਣਦੇ ਨੇ। ਹਾਂਜੀ ਬੱਲੇ, ਉਹ ਐਵੇਂ ਜ਼ਰਾ ਤੁਹਾਡੇ ਨਾਲ ਲਵ ਯੂ ਸਾਹਿਬ ਡਿਸਕਸ ਕਰਨਾ ਸੀ। ਲਵ ਯੂ ਬਹਰਾਲ ਫਤੂ ਸਾਹਿਬ, ਬਹੁਤ ਸ਼ੁਕਰੀਆ, ਰੈਸਟ ਮਾਰੂ ਮੇਰੇ ਨਾਲ। ਥੈਂਕ ਯੂ। ਓਕੇ ਜੀ ਲੀਡਰ ਜੀ, ਇੱਕ ਵਾਰੀ ਸਾਰਿਆਂ ਨੂੰ ਵਾਲੇਕਮ ਸਲਾਮ ਕਹਿ ਦੇਣਾ। ਵਾਲੇਕਮ ਸਲਾਮ ਐਵਰੀਵਨ। ਨਹੀਂ ਜੇ ਇੱਕ ਮੈਚ ਮੇਰੇ ਨਾਲ ਗੱਲਾਂ ਵਾਲਾ ਵੀ ਲਾ ਕੇ ਤੇ ਫਿਰ ਟੁਰ ਜੋ ਕਿ ਨਹੀਂ ਜਾ ਰਹੇ? ਮੈਂ ਨਾ ਬੰਦ ਕਰੂ ਸਾ, ਮੈਂ ਤੁਹਾਨੂੰ ਦੂਸਰੀ ਵਾਰੀ ਮੈਂ ਤਾਂ ਆਪ ਚੁੱਕਿਆ, ਮੈਂ ਚਲੋ ਗੱਲਬਾਤ ਕਰ ਲਾਂ। ਬਿਗ ਲਵ ਐਂਡ ਬਿਗ ਰਿਸਪੈਕਟ, ਜ਼ਿੰਦਾਬਾਦ। ਥੈਂਕ ਯੂ, ਲਵ ਯੂ, ਠੀਕ ਹੈ ਬੌਸ, ਰੈਸਟ ਕਰੋ। ਓਕੇ ਮਿਲ ਜਾ।